ਤਿਆਰੀਆਂ ਤੁਹਾਡੇ ਇਤਰਾਮ ਚ ਖੁਸ਼ ਆ, ਤੁਹਾਨੂੰ ਅੱਧਾ ਘੰਟਾ ਦਿੱਤਾ ਬੋਲ ਲਓ। ਦੂਰੋਂ ਆਇਆ, ਦੂਰੋਂ ਇੰਜਨ ਦੀ ਬੋ ਇੱਥੇ ਤੱਕ ਆਉਣ ਗਈ, ਦੂਰੋਂ ਆਇਆ ਕਾਰ ਲੱਭ ਲੱਭ ਕੇ ਮੈਂ ਤਾਂ ਥੱਕ ਗਿਆ, ਹੁਣ ਨਾ ਭੌਂਕੀ। ਕੋਸ਼ਿਸ਼ ਕਰੋ ਬੇਟੈਮੀ ਭੈਣ ਨਾ ਦਵੋ। ਤੇ ਮੈਂ ਪੁੱਛਿਆ ਵੀ ਇੱਥੇ ਘਰ ਕਿੱਥੇ ਆ, ਭਾਈ ਖਲੋਤੇ ਨੂੰ ਰੇਸ ਨਾ ਦਵੋ, ਇੰਜਨ ਦਾ ਕੰਮ ਨਿਕਲ ਆਉਣਾ। ਉਹ ਡੰਡਾ ਗਰਮ ਆ, ਉਹ ਤੇਰੀ ਭੈਣ ਦਾ ਕੰਮ ਕੱਢਣ ਨੂੰ ਫਿਰਨ ਡਿਆ, ਨਿਕਲ ਆਉਣਾ ਭਾਜੀ। ਮੈਂ ਸੋਚਿਆ ਵੀ ਬੱਚੀਆਂ ਹੋ ਗਈਆਂ ਜਵਾਨ, ਅੱਛਾ ਹਾਂ ਉਹਨਾਂ ਦਾ ਭਰਾ ਜੋ ਮੰਨਦਾ, ਮੈਂ ਵਿਆਹ ਦਵਾਂ। ਇਹ ਤੇ ਕਦੋਂ ਦਾ ਮੰਨੀ ਬੈਠਾ, ਤੁਸੀਂ ਵੇਖੋ ਸਾਰਿਆਂ ਨੂੰ ਡਰਾਮੇ ਦਾ ਧਿਆਨ ਆ, ਉਹਦਾ ਧਿਆਨ ਕਿੱਥੇ। ਮੈਂ ਮੌਜੂਦ ਆਦਮੀ ਆ, ਲੱਗ ਰਿਹਾ ਚਿਹਰੇ ਤੋਂ ਹੀ ਲੱਗ ਰਿਹਾ, ਚਿਹਰੇ ਤੋਂ ਲੱਗ ਰਿਹਾ। ਭਾਈ ਬੱਚੀਆਂ ਕਿੰਨੀਆਂ ਤੇਰੀਆਂ? ਬੱਚੀਆਂ ਹੈਗੀਆਂ ਤਿੰਨ, ਤੇ ਮੈਂ ਸੋਚਿਆ ਵੀ ਹੁਣ ਹੋ ਗਈਆਂ ਜਵਾਨ, ਅੱਛਾ ਧੀਆਂ ਜੰਮਦੀਆਂ ਪਰਾਈਆਂ ਹੁੰਦੀਆਂ, ਇਹ ਘਰਾਂ ਚ ਨਹੀਂ ਰੱਖੀਆਂ ਜਾਂਦੀਆਂ। ਬਾਕੀ ਬਈ ਧੀਆਂ ਜਦੋਂ ਜੰਮਦੀਆਂ ਜਵਾਨ ਹੁੰਦੀਆਂ, ਇਹਨਾਂ ਨੂੰ ਵਿਆਹ ਦੇਣਾ ਚਾਹੀਦਾ। ਉਹ ਸਹੀ ਕਿਸੇ ਨੇ ਕਿਹਾ ਨਾ, ਮਾਪਿਆਂ ਦੇ ਘਰ ਧੀਆਂ ਸਦਾ ਨਹੀਂ ਉਹ ਰਹਿੰਦੀਆਂ, ਤੇ ਜਿੱਦਾਂ ਦੀਆਂ ਦੇਰੀਆਂ ਉਹ ਤੇ ਮਿੰਟ ਨਹੀਂ ਰਹਿੰਦੀਆਂ, ਉਹਨਾਂ ਨੂੰ ਵਿਆਹ ਹੀ ਦੇਣਾ ਚਾਹੀਦਾ ਭਾਈ। ਤੇ ਮੈਂ ਸੋਚਿਆ ਵੀ ਉਹਨਾਂ ਦਾ ਵਿਆਹ ਕਰ ਦਈਏ, ਹਾਂਜੀ ਚਲੋ ਸਿਰ ਤੋਂ ਭਾਰ ਲੈ ਜਾਏਗਾ। ਹਾਂ ਜ਼ਰੂਰੀ ਆ ਜੀ, ਧੀਆਂ ਜਿਹੜੀਆਂ ਘਰ 'ਚ ਚੰਗੀਆਂ ਨਹੀਂ ਲੱਗਦੀਆਂ। ਹਾਂਜੀ ਹਾਂਜੀ, ਹੁਣ ਕੁੱਤਿਆਂ ਪੌਂਕੀ ਜਾਣਾ ਆ, ਹੁਣ ਕਿਤੇ ਭੈਣਾਂ ਵੀ ਵਿਆਹ ਲੈਂਦੇ। ਏਦਾਂ ਏਦਾਂ ਦੀ ਇਹਨੂੰ ਗੱਲ ਹੋਈ ਆ, ਲੇਕਿਨ ਇਹ ਨਹੀਂ ਹਟਿਆ, ਵੱਡਾ ਹੀ ਲੱਗਦਾ ਕੋਈ ਬੰਦਾ ਇਹ। ਇਹਦੇ ਘਰਦਿਆਂ ਨੂੰ ਜ਼ਰੂਰਤ ਹੀ ਨਹੀਂ, ਇੱਥੇ ਫੁੜਕੀ ਬੜਾ ਲਓ ਜੀ, ਆ ਕਿਤੇ ਸਿਨਮੇ ਦੀ ਇਹ ਰੋਸ ਨਾ ਫੁੜਕ ਜਾਵੇ ਨਾ, ਅਗਲੀ ਫਿਰਦੀ ਚੱਲਦੇ ਜੀ ਪਾਣੀ ਦੇ, ਪਾਣੀ ਦੇਈ ਜਾਂਦਾ, ਪਤਾ ਨਹੀਂ ਦਿਲ ਵਾਲੀ ਵਾੜ ਆ ਇਹ। ਹਾਂ ਰੱਖਿਆ ਲਿਆ ਨੀ, ਭੈਣ ਦਾ ਛਿਲਾ ਫਸਿਆ। ਨਖੱਤੀ ਦੇ ਡਰਾਮਾ ਕਰ ਲੈਂਦੇ, ਚੰਗੀ ਭਰੀ ਕੰਜਰਾਂ ਦੀ ਗੱਡੀ ਜਾਂਦੀ, ਨਸ ਨਾਲ ਚੜ੍ਹਦੇ ਆ, ਦਿਮਾਗ ਖਰਾਬ ਕਰਦੇ ਜੀ ਭਾਈ। ਇਹ ਲੱਗਦਾ ਕਿਤੇ ਨਵਲਟੀ ਪੁੱਲ ਵਾਲੀ ਸਾਈਡ ਤੇ ਚੜ੍ਹਨ ਦੇ ਆ, ਐਵੇਂ ਰੇਸ ਦਈ ਜਾਂਦਾ।
ਤੇ ਹਜ਼ੂਰ ਬੱਚੀ ਦਾ ਕਰਨਾ ਆ ਵਿਆਹ। ਮੈਂ ਕਿਹਾ ਵੀ ਪਹਿਲਾਂ ਮੁੰਡੇ ਵੇਖ ਲਈਏ। ਹਾਂਜੀ ਮੁੰਡੇ ਤਿੰਨ ਲੱਖ ਕਿਉਂਕਿ ਅੱਜ ਕੱਲ ਦੌਰ ਇੰਜ ਦਾ ਜਾ ਰਿਹਾ ਕਿ ਬੱਚੀ ਦੀ ਸ਼ਾਦੀ ਕਰਨੀ ਹੈ ਨਾ। ਹਾਂਜੀ ਹਾਂਜੀ ਬੱਚੀ ਦੀ ਸੋਚ ਦੇ ਮੁਤਾਬਕ ਕਰੋ। ਹਾਂਜੀ ਹਾਂਜੀ ਔਰ ਬੱਚੀ ਨੂੰ ਦਿਖਾ ਲਓ। ਹਾਂਜੀ ਤਾਂ ਕਿ ਨਾ ਕੱਲ ਨੂੰ ਇਹਨਾਂ ਦਾ ਜਿਹੜਾ ਵਸੀਬਾ ਅੱਛਾ ਹੋ ਜਾਏ। ਹਾਂਜੀ ਬਿਲਕੁਲ ਜੀ ਠੀਕ ਹੈ ਕਿ ਨਹੀਂ। ਵੇਖੋ ਨਾ ਸਾਡੇ ਮਾਂ ਪਿਓ ਕਿੰਨੇ ਸਾਦੇ ਹੁੰਦੇ ਸੀ। ਆ ਜਦੋਂ ਤੇਰਾ ਵਿਆਹ ਕੀਤਾ ਤੂੰ ਬੋਲਿਆ ਨਹੀਂ, ਤੇਰੇ ਸਾਹਮਣੇ ਭਰਜਾਈ ਨੇ ਕੀ ਕੀਤਾ ਤੂੰ ਫੇਰ ਨਹੀਂ ਬੋਲਿਆ। ਤੇਰੀਆਂ ਦੋ ਭੈਣਾਂ ਨੱਸ ਗਈਆਂ, ਤੈਨੂੰ ਪਤਾ ਹੀ ਨਹੀਂ ਸੀ ਮੈਂ ਨੱਸੀਆਂ ਨੂੰ ਲਿਆ ਜਾਂਦਾ। ਅੱਜ ਦੀ ਔਲਾਦ ਬੋਲਦੀ, ਤੂੰ ਨਹੀਂ ਬੋਲਿਆ ਆਪਣੇ ਪਿਓ ਕੇ। ਹਾਂ ਪਤਾ ਹੀ ਨਹੀਂ ਸੀ ਹੁੰਦਾ ਬਈ, ਪਤਾ ਕਿਤੇ ਸਾਹਮਣੇ ਤੇ ਸਭ ਕੁਛ ਹੁੰਦਿਆ ਹੁੰਦਾ ਸੀ, ਬੋਲਦਾ ਹੀ ਨਹੀਂ ਸੀ। ਤੇਰੀ ਮਾਂ ਸ਼ਫੀ ਦੇ ਡੇਰੇ ਤੇ ਜਾਂਦੀ ਹੁੰਦੀ ਸੀ, ਸਾਨੂੰ ਇਹ ਨੀ ਸੀ ਪਤਾ ਵੀ ਡੇਰਾ ਕਹਿੰਦੇ ਇਹਨੂੰ। ਉਹ ਗੋਹਾ ਮਿੱਟੀ ਚੁੱਕਣ ਉਹ ਮੱਝਾਂ ਸੀ ਨਾ, ਗੋਹਾ ਗਾਇਆ ਲਿਆਣਾ, ਉਹ ਗੋਹਾ ਗਿਆ ਹੀ ਲੈਣ ਜਾਂਦੀ ਸੀ। ਆ ਤੇਰਾ ਯਾਰ ਬੋਲਾ, ਤੇਰੀ ਭੈਣ ਦਾ ਵੀ ਯਾਰ ਆ, ਮੈਂ ਗੁੱਸਾ ਕੀਤਾ ਬੰਦਾ ਕੁੱਤਾ ਖਾਇਆ, ਇਹਨੂੰ ਪਤਾ ਕਰਾਓ ਇਹਦਾ, ਇਹ ਨਖੱਤੀ ਦਾ ਬੋਲੀ ਜਾਂਦਾ ਹੈ। ਭੈਣ ਦਾ ਵੀ ਯਾਰ ਸੀ, ਕਲਾਸ ਫੈਲੋ ਸੀ, ਇਕੱਠੇ ਪੜ੍ਹਦੇ ਸੀ, ਇੱਕ ਦੂਸਰੇ ਨੂੰ ਪੜ੍ਹਦੇ ਫੜਾਉਂਦੇ ਸੀ। ਇਹ ਗੱਲ ਯਾਰੋ ਯਾਰੀ ਹੋ ਗਈ ਕਵੀ, ਤੇ ਹੁਣ ਤੇਰੀ ਕੁੜੀਆਂ ਦੇ ਯਾਰ ਮਗਾਲਮਾ ਫੈਸਲਾਬਾਦ ਆ, ਸਾਰਾ ਕੰਮ ਸਿੱਖ ਗਏ ਆ, ਮੁਕੰਮਲ ਕੰਜਰ ਹੋਏ ਮੁਕੰਮਲ, ਸਿਰਫ ਇਹਨਾਂ ਦੀ ਫੋਟੋ ਲੱਗਣ ਵਾਲੀ ਰਹਿ ਗਈ ਆ। ਇਹ ਵੀ ਇਹੀ ਕਹਿ ਕੇ ਆਉਂਦੇ ਆ ਚੱਲੇ ਆ ਅਸੀਂ ਜੀ ਆਪਣੇ ਸਿਆਣਿਆਂ ਨੂੰ ਮਿਲਣ। ਲਓ ਜੀ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਤਿੰਨਾਂ ਬੱਚੀਆਂ ਚੋਂ ਕੱਲੀ ਕੱਲੀ ਦਾ ਵਿਆਹ, ਪੜ੍ਹੇ ਲਿਖੇ ਹੋਣ ਭਈਆ, ਮੂੰਹ ਮੱਥੇ ਲੱਗਦੇ ਹੋਣ, ਖੂਬਸੂਰਤ ਹੋਣ, ਮਿਹਨਤੀ ਹੋਣ, ਕੰਮ ਭਾਵਾਂ ਨਾ ਕਰਨ, ਤੇ ਮਿਹਨਤ ਕਾਹਦੇ ਚ ਕਰਨ, ਕੰਮ ਬੱਚੀਆਂ ਆਪ ਹੀ ਕਰ ਲੈਣਗੀਆਂ, ਪੜ੍ਹੀਆਂ ਲਿਖੀਆਂ ਆ। ਤੇਰੀ ਮਠਾਈ ਤੋਂ ਲੱਗਦਾ ਕੰਮ ਕੀਤਾ ਬੱਚੀਆਂ ਨੇ ਹੀ ਆ। ਹਾਂ ਵੇਲੀਆਂ ਖਾਧੀਆਂ ਵੇਲੀਆਂ, ਐ ਨਨਕਾਣੇ ਦੇ ਖੁਸਰੇ ਵੀ ਬੱਚੀਆਂ ਮਹਿਕਮੇ 'ਚ ਕੰਮ ਕਰਦੀਆਂ। ਕਿਹੜੇ ਮਹਿਕਮੇ 'ਚ? ਆ ਸੂਈ ਗੈਸ ਦੇ। ਅੱਛਾ ਗੈਸ ਸੂਈ ਦੇ। ਅੱਛਾ ਉੱਥੇ ਕੰਮ ਕਰਦੀ। ਅੱਛਾ ਅੱਛਾ ਰਕਸ਼ਾ ਲੱਗਾ ਨਾ ਫਿਰ ਉਹਨਾਂ ਨੂੰ ਜਾਣਾ ਹੀ ਪੈਣਾ। ਲਓ ਜੀ ਹੁਣ ਮੁੰਡੇ ਮਿਲਾਵਾਂ ਤੁਹਾਨੂੰ ਮੈਂ। ਬੁਲਾ ਗਰੀਬ ਆਦਮੀ ਦੇ ਕਰਜ਼ਾ ਚੜ੍ਹਦਾ ਜਿੱਦਾਂ ਤੇਰੀਆਂ ਖੱਦਾਂ ਚੜੀਆਂ,
ਅੱਲਾ ਦੀ ਕਸਮੇ ਗੌਰ ਨਾਲ ਵੇਖਣਾ ਖੁਸਰਾ ਟੈਪ ਰੂਹ ਟੈਪ ਆਏ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਵੇਖਣਾ ਇਹ ਪਿੱਛੇ ਮੈਂ ਸ਼ੀਸ਼ੇ ਦੇਖੇ ਆਇਆ ਕਰਦਾ ਬੋਲੀ ਜਾ ਰਿਹਾ ਇੱਕ ਘੰਟੇ ਤੋਂ ਕਿਹੜੀ ਗੱਲ ਆ ਹੁਣ ਤੈਨੂੰ ਪੁੱਛਿਆ ਨੀ ਨਾ ਇੱਧਰ ਮੂੰਹ ਕਰੀ ਤੁਹਾਨੂੰ ਤੁਹਾਡੀ ਮਾਂ ਦੀ ਕਿਸੇ ਵੇਖਣ ਦਾ ਤੇ ਇੱਕ ਘੰਟੇ ਦਾ ਇੱਧਰ ਨਹੀਂ ਮੂੰਹ ਉਧਰ ਕਰ ਹੁਣ ਤਾਂ ਕਰ ਕਰ ਤਾਂ ਸਹੀ ਕੀ ਆ ਉਧਰ ਤਾਂ ਮੂੰਹ ਕਰ ਅੱਲਾ ਦੀ ਕਿਸੇ ਰੂਹ ਟੈਪ ਆ ਵਿੱਚ ਆਇਆ ਤੇਰੀ ਗੁੜੀਆਂ ਦੀ ਰੂਹ ਮੇਰੇ ਨਾਲ ਹੀ ਲੱਗਣੀ ਮੁੰਡਿਆਂ ਦਾ ਆਹੋ ਲੱਗਣੀ ਤਾਂ ਹੈ ਮੈਨੂੰ ਪਤਾ ਵੀ ਲੱਗਣੀ ਆ ਉਹਦੀ ਰੂਹ ਤਾਂ ਲੱਗਣੀ ਉਹ ਤੇਰੇ ਤੇ ਟੋਪੀ ਵੀ ਨਹੀਂ ਅਸਰ ਕਰਨ ਦੀ ਉਦਾਂ ਦਾ ਹੀ ਆ ਤੂੰ ਹੈ ਬੁਲਾ ਬੱਚਿਆਂ ਨੂੰ ਏ ਮੈਂ ਕਿਹਾ ਛੋਟੇ ਪੁੱਤਰ ਉਹ ਰਖੇ ਉਹ ਬੁੱਢੀ ਤੇਰੀ ਚਿੰਗਚੀ ਤਾਇਆ ਤੇਰਾ ਵੈਸਪਾ ਦਾਦਾ ਤੇਰਾ ਲੋਡਰ ਬਾਜੀ ਤੇਰੀ ਬਾਂਟਨ ਅੱਬਾ ਮੇਰਾ ਫੋਲਡਨ ਚਲੋ ਤਾਂ ਜਿਵੇਂ ਚਲਾਉਂਦੀ ਆ ਇੰਜਣ ਦਾ ਕੰਮ ਕੱਢੇ ਕੱਢੇ ਅੱਲਾ ਤੰਦਰੁਸਤੀ ਗੱਲਾਂ ਤੇ ਹੁੰਦੀਆਂ ਰਹਿਣੇ ਤੁਸੀਂ ਦੂਜੇ ਚ ਪਾਓ ਲਓ ਜੀ ਪੁੱਤੇ ਇਹ ਉਹ ਬੰਦਾ ਵਾ ਜਿਹਦੀਆਂ ਬੱਚੀਆਂ ਨੇ ਤੁਹਾਡੇ ਮੈਦੇ ਦੀ ਗਰਮੀ ਚੁੱਕਣੀ ਆ ਉਹਨਾਂ ਦਾ ਨੂੰ ਸ਼ਰਬਤ ਜੂਸ ਬਣਾ ਕੇ ਦੇਣੇ ਕਿਉਂਕਿ ਤੁਹਾਡੀਆਂ ਬੀਵੀਆਂ ਨੇ ਉਹ ਜੀ ਇਧਰ ਆਉਂਦੇ ਆ ਜੀ ਚਾਚਾ ਜੀ ਬੜੀ ਖੁਸ਼ੀ ਹੋਈ ਤੁਸੀਂ ਸਾਡੇ ਘਰ ਤੋਂ ਸ਼੍ਰੀ ਮੈਨੂੰ ਬੜੀ ਖੁਸ਼ੀ ਹੋਈ ਵੀ ਚਲੋ ਜੀ ਆ ਮੈਨੂੰ ਬੜੀ ਖੁਸ਼ੀ ਹੋਈ ਸਰਈਆ ਜਦੋਂ ਇਹ ਤੂੰ ਸਰਈਆ ਦਾ ਮੁੰਡਾ ਹੈ ਨਾ ਮੈਨੂੰ ਬੜੀ ਖੁਸ਼ੀ ਹੋਈ ਸਰਈਆ ਬੜੀ ਜਫਾਕਸ਼ ਔਰਤ ਸੀ ਮਾਸੂਮ ਉਹਦੀ ਅਗਲੀ ਮਾਸੂਮੀਅਤ ਪਿਛਲੀ ਮਾਸੂਮੀਅਤ ਨਾਲੋਂ ਵੱਡੀ ਸੀ ਜਿਹੜੇ ਪਿੱਛੇ ਸੀ ਨਾ ਭੈਣ ਭਰਾ ਉਹ ਏਡੇ ਤੇਜ਼ ਨਹੀਂ ਸੀ ਏਡੀ ਪੁਰਾਣੀ ਔਰਤ ਨੂੰ ਜਾਣਦਾ ਤੇਰਾ ਕਬਾੜ ਦਾ ਕੰਮ ਤੇ ਨਹੀਂ ਆਪਣਾ ਬੱਚੀਆਂ ਕਾ ਦਰਾਬਾ ਆ ਇਹ ਮੇਰੇ ਬਲਦੀਅਤ ਨੇ ਜੀ ਇਹ ਕਿਹੜੇ ਖੂਹ ਤੇ ਰਹੇ ਦੋਨੇ ਜਣੇ ਤੁਸੀਂ ਮੌਜ ਦੇ ਮੌਜ ਦੇ ਮੌਜ ਦੇ ਮੌਜ ਦੇ ਖੂਹ ਦੇ ਗੱਲਾਂ ਤੇ ਹੁੰਦੀਆਂ ਰਹਿਣੀਆਂ ਤੁਸੀਂ ਚਾਚਾ ਜੀ ਝਾਲ ਤੇ ਲਾਓ ਸਾਨੂੰ ਉੱਥੇ ਜੀ ਭੈਣ ਦੀ ਬਨੈਣ ਭੁੱਲਿਆ ਚਾਚਾ ਜੀ ਬੱਚੀਆਂ ਜਿਹੜੀਆਂ ਮਾਸ਼ਾਅੱਲਾ ਪੜ੍ਹੀਆਂ ਲਿਖੀਆਂ ਕਰਦੀਆਂ ਕੀ ਆ ਉਹ ਕੁਛ ਨਹੀਂ ਕਰਦੀਆਂ ਪੁੱਤ ਉਹਨਾਂ ਨੇ ਕੀ ਕਰਨੀਆਂ ਵਿਚਾਰੀਆਂ ਨੇ ਕਰਨੀਆਂ ਹੁਣ ਵਿਆਹ ਤੋਂ ਬਾਅਦ ਤੁਹਾਡੀ ਵਾਰੀ ਪੁੱਤ ਉਹ ਕਰਨਾ ਕਰਦੀਆਂ ਕੀ ਆ ਕੁਝ ਦੱਸੋਗੇ ਸਹੀ ਕੁੜੀਆਂ ਸਿਲਾਈ ਦਾ ਕੰਮ ਕਰਦੀਆਂ ਸਿਲਾਈ ਦਾ ਸਿਲਾਈ ਕਢਾਈ ਦਾ ਕੰਮ ਸਿਲਾਈ ਕਢਾਈ ਦਾ ਹਾਂ ਉਹ ਸਿਲਾਈ ਕਢਾਈ ਆਵਾਜ਼ ਤੇ ਦਿਓ ਫਿਰ ਆਪਣਾ ਤੀਸਰਾ ਪੁੱਤ ਨੂੰ ਦੱਸੋ ਮੈਂ ਕਿਹਾ ਵੱਡੇ ਪੁੱਤ ਉਹਨੂੰ ਰਹਿਣ ਦਿਓ ਬਲਕਿ ਨਹੀਂ ਓਏ ਲਓ ਉਹਦਾ ਭਾਈ ਉਹ ਤੇ ਮੇਰੇ ਭਾਈ ਆ ਕੌਣ ਇਹ ਪੁੱਤ ਆ ਸੋਦਾ ਆ ਲੈਟਾ ਬੰਦ ਕਰਤੀ ਆ ਹਨੇਰਾ ਕਿਉਂ ਹੋਇਆ ਲੈਟ ਖਰਾਬ ਹੋ ਗਈ ਕੋਈ ਉਧਰ ਵੇਖੋ ਹਨੇਰਾ ਕਦਾ ਹੋ ਗਿਆ ਹਨੇਰਾ ਇਹ ਚੰਦ ਚੜਿਆ ਜੀ ਵੈਸਟ ਇੰਡੀਜ਼ ਦਾ ਹਾਂ ਲੱਖ ਲਾਣ ਤੇ ਤੇ ਹਨੇਰਾ ਕਿਉਂ ਹੋਇਆ ਇਹ ਕੌਣ ਆ ਭਾਈ ਇਹ ਪੁੱਤ ਤੇਰਾ ਸੋਹਰਾ ਸਲਾਮ ਅਲੈਕੁਮ ਪਾਪਾ ਟੂ ਮੈਂ ਆਪਕੀ ਬੇਟੀ ਕੀ ਉਮੰਗੋਂ ਕਾ ਤਰਜਮਾਨ ਹੂੰ ਆਪਕੀ ਬੇਟੀ ਕੀ ਤਨਹਾਈ ਕਾ ਮਹਿਵਰ ਇਹ ਸਾਡੇ ਸਭ ਤੋਂ ਵੱਡੇ ਭਰਾ
ਕੁੜੀ ਪੱਖੇ ਨਾਲ ਬੰਨ ਕੇ ਮਾਰ ਦੇਣੀ ਹੈ, ਗੈਰ ਮਜ਼ਹਬ ਨੂੰ ਲੁਦੇਣੀ ਹੈ। ਨਖੱਤੀ ਦਿਆ ਕਿਸੇ ਜਗ੍ਹਾ ਤੋਂ ਵੀ ਇਸ ਕਲਰ ਦੀ ਨਹੀਂ। ਇਥੋਂ ਸਾਬਤ ਹੋਇਆ ਕਿ ਪਿਓ ਧੀ ਦੀ ਵਾਹਵਾ ਹੀ ਫਰੈਂਕਨੈਸ ਆ। ਪੂਰੇ ਜੁੱਸੇ ਦਾ ਵਿਜ਼ਿਟ ਕਰ ਲਿਆ। ਸਾਡੇ ਵੱਡੇ ਭਾਈ ਨੇ ਮਾਸ਼ਾਅੱਲਾ ਸ਼ਾਇਰ ਨੇ ਔਰ ਪਾਕੋ ਹਿੰਦ ਦੇ ਵਿੱਚ ਸ਼ਾਇਰ ਆ। ਹਾਂਜੀ ਹਾਂਜੀ ਹਾਂਜੀ। ਨਹੀਂ ਮੈਂ ਤੇ ਕੁਛ ਨਹੀਂ ਸੁਣਨਾ, ਉਦਾਂ ਪੁੱਛਿਆ। ਪਾਕੋ ਹਿੰਦ ਚ ਇਹਨਾਂ ਦੇ ਮੁਸ਼ਾਇਰੇ ਮਸ਼ਹੂਰ ਨੇ। ਤੂੰ ਸ਼ਾਇਰ ਆ? ਹਾਂਜੀ ਹਾਂਜੀ ਹਾਂਜੀ। ਦੋ ਚਾਵਾਂ ਨੂੰ ਫੜ ਲਿਆ ਬਾਰੋ ਪੁੱਤ, ਮਾਨਾ ਦਿਲ ਕਰਦਾ ਚਾਹ ਮੇਰਾ ਪੁੱਤ। ਚਾਹੇ ਕਾ ਸੋਚ ਕਰ ਕਿਆ ਕਹਿਣੇ ਲੱਗੇ ਥੇ। ਮੈਂ ਨਾਣੇ ਸੁਣਾਈ ਕੁਛ ਨਾ, ਆਹ ਤੇਰੇ ਤੋਂ ਫਿਕਰਾ ਬਰਦਾਸ਼ਤ ਨਹੀਂ ਹੋਣਾ। ਤੇਰੀ ਬੱਚੀ ਜੇ ਕੋ ਆ ਗਈ, ਤੇਰੀ ਬੱਚੀ ਆ ਤਾਂ ਮੇਰੀ ਆ ਤਾਂ ਮੈਂ ਕੀ ਕਹਿਤਾ ਆ। ਕੋਈ ਇਹਨੂੰ ਬੱਚੀ ਦੇਣੀ ਭਾਈ, ਤੂੰ ਤੇਰੀ ਬੱਚੀ ਨੂੰ ਤਾਂ ਫੜੀ ਨਹੀਂ ਨਿਕਲਣੀ, ਐਸਾ ਠੰਡੇ ਮਜਾਜ ਦਾ ਬੰਦਾ। ਸੱਚਾ ਸ਼ਾਇਰ ਜੀ, ਆਏ ਹੋ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਕੇ। ਅਰੇ ਕੀ ਕਹਿੰਦੇ, ਆਏ ਹੋ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਕੇ। ਬੱਚੀ ਕਿੱਥੇ ਆ? ਮੈਂ ਹੁਣ ਖਲੋਤਾ ਤਿਆਰ ਬਣ ਕੇ। ਆਹਾ, ਬੱਚੀ ਕਿੱਥੇ ਆ? ਮੈਂ ਹੁਣ ਬੈਠਾ ਆ ਤਿਆਰ। ਸ਼ੇਰ ਜੀ? ਹਾਂਜੀ ਹਾਂਜੀ ਹਾਂਜੀ। ਨਹੀਂ ਨਹੀਂ ਸਾਦਾ, ਮੈਂ ਦੂਸਰਾ ਸੁਣਾਉਣਾ ਜੀ, ਮੈਂ ਦੂਸਰਾ ਸੱਸੀ ਆਈ ਸ਼ਹਿਰ ਬੰਬੋਰ, ਉਹਨੇ ਪਾਇਆ ਲਿਬਾਸ ਸ਼ਹਾਨਾ, ਤੂੰ ਕਹਿ ਮਸਾਨਾ।